ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਅੰਦਰ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪ੍ਰੀਵੀਅਸ ਵੀਡੀਓਜ਼ ਦੇ ਅੰਦਰ ਅਸੀਂ ਵੀਕਲੀ ਵਰਕਸ਼ੀਟ 3 ਦੇ ਪਹਿਲੇ 8 ਕੁਸ਼ਚਨ ਕਰ ਚੁੱਕੇ ਹਾਂ। ਅੱਜ ਦੀ ਇਸ ਵੀਡੀਓ ਦੇ ਅੰਦਰ ਅਸੀਂ 9th ਕੁਸ਼ਚਨ ਦੇਖਦੇ ਹਾਂ ਕੀ ਹੈ। 9th ਕੁਸ਼ਚਨ ਹੈ, 256 ਦੀ ਘਾਤ 0.16 ਮਲਟੀਪਲਾਈ ਬਾਏ 256 ਦੀ ਘਾਤ 0.09, ਇਸ ਦਾ ਆਪਾਂ ਮੁੱਲ ਪਤਾ ਕਰਨਾ ਹੈ। ਸੋ ਦੇਖਦੇ ਹਾਂ ਪਿਆਰੇ ਵਿਦਿਆਰਥੀਓ, ਇਹ ਕਿਸ ਤਰ੍ਹਾਂ ਹੋਏਗਾ। ਪਿਆਰੇ ਵਿਦਿਆਰਥੀਓ, ਸਾਡਾ ਜੋ ਕੁਸ਼ਚਨ 9th ਹੈ ਉਹ ਕੀ ਹੈ, 256 ਦੀ ਘਾਤ 0.16 ਮਲਟੀਪਲਾਈ ਬਾਏ 256 ਦੀ ਘਾਤ 0.09 ਦਾ ਮੁੱਲ ਪਤਾ ਕਰੋ। ਤਾਂ ਪਿਆਰੇ ਵਿਦਿਆਰਥੀਓ, ਇੱਥੇ ਦੇਖੋ ਅਸੀਂ ਕੀ ਕਰਨਾ ਹੈ। ਤੁਸੀਂ ਦੇਖੋ ਜੋ 256 ਹੈ, ਠੀਕ ਹੈ, ਉਹ ਕੀ ਹੈ, ਸੇਮ ਹੈ, ਠੀਕ ਹੈ। ਵਿਚਕਾਰ ਸਾਈਨ ਕਿਸ ਦਾ ਹੈ, ਮਲਟੀਪਲਾਈ ਦਾ। ਅਸੀਂ ਕੀਤਾ ਹੈ, ਦੇਖੋ ਪਾਵਰ ਜੋ ਹੈ ਉਹ ਅਲੱਗ ਅਲੱਗ ਹੈ, ਪਰ ਜੋ ਆਧਾਰ ਹੈ, ਬੇਸ ਹੈ, ਉਹ ਸੇਮ ਹੈ। ਤਾਂ ਇੱਥੇ ਇਹ ਫਾਰਮੂਲਾ ਲੱਗ ਜਾਏਗਾ, ਮੀਨਸ 256 ਦੀ ਘਾਤ ਕੀ ਬਣ ਜਾਏਗਾ, 0.16 ਪਲੱਸ 0.09, ਠੀਕ ਹੈ ਜੀ। ਸੋ 256 ਦੀ ਘਾਤ ਇਹਨਾਂ ਦਾ ਕੀ ਕਰ ਦੇਣਾ ਹੈ, ਐਡ ਕਰ ਦੇਣਾ ਹੈ। ਇਹ ਕੀ ਬਣ ਜਾਏਗਾ, ਘਾਤ ਕੀ ਬਣ ਜਾਏਗੀ, 0.25। ਹੁਣ ਇੱਥੇ ਦੇਖੋ ਅਸੀਂ ਕੀ ਕਰਨਾ ਹੈ, 256 ਦੀ ਘਾਤ 25/100, ਇੱਥੇ ਕੀ ਕਰ ਦਿੰਦੇ ਹਾਂ ਅਸੀਂ, ਪੁਆਇੰਟ ਦਸ਼ਮਲਵ ਹਟਾ ਦਿੰਦੇ ਹਾਂ। ਦਸ਼ਮਲਵ ਹਟਾ ਕੇ ਜਿੰਨੇ ਅੰਕ ਹਨ ਉਨੀਆਂ ਜੀਰੋਆਂ ਲਗਾ ਦਿੰਦੇ ਹਾਂ। ਦੋ ਅੰਕ ਸੀਗੇ ਪੁਆਇੰਟ ਤੋਂ ਬਾਅਦ, ਤਾਂ ਆਪਾਂ ਨੇ ਲਗਾ ਦਿੱਤਾ ਹੈ। ਤਾਂ ਇੱਥੇ ਕੀ ਹੈ, ਹੁਣ ਇਹਨਾਂ ਦੀ ਕੀ ਹੈ, ਕਟਿੰਗ ਕਰ ਦੇਣੀ ਹੈ, ਠੀਕ ਹੈ ਜੀ, ਇਹਨਾਂ ਦੀ ਕਟਿੰਗ ਕਰ ਦੇਣੀ ਹੈ, ਓਕੇ। ਅਤੇ ਇੱਥੇ ਹੁਣ ਆਪਣੇ ਕੋਲ ਬਚਿਆ ਹੈਗਾ 256 ਦੀ ਘਾਤ 1/4। ਹੁਣ ਅੱਗੇ ਕੀ ਕਰਨਾ ਹੈ ਪਿਆਰੇ ਵਿਦਿਆਰਥੀਓ, 256 ਦੇ ਆਪਾਂ ਨੇ ਕੀ ਕਰ ਲੈਣੇ ਹਨ, ਗੁਣਖੰਡ ਬਣਾ ਲੈਣੇ ਹਨ, ਪਾਸ ਗੁਣਖੰਡ ਬਣਾ ਲੈਣੇ ਹਨ। 2 × 2 × 2 × 2 × 2 ਦੀ ਘਾਤ 1/4, ਠੀਕ ਹੈ ਜੀ। ਹੁਣ ਦੇਖੋ ਇਹ ਕੀ, 2 ਜੋ ਹੈ ਉਹ ਕਿੰਨੇ ਵਾਰ ਆ ਗਿਆ ਹੈ, 8 ਵਾਰ। ਆਪਾਂ ਇਸਨੂੰ ਲਿਖ ਸਕਦੇ ਹਾਂ 2⁻⁸ ਦੀ ਪਾਵਰ 1/4, ਠੀਕ ਹੈ ਜੀ। ਹੁਣ ਦੇਖੋ ਪਾਵਰ ਦੀ ਪਾਵਰ ਹੈ, ਤਾਂ ਪਾਵਰਸ ਆਪਸ ਦੇ ਵਿੱਚ ਕੀ ਹੋ ਜਾਣਗੀਆਂ, ਮਲਟੀਪਲਾਈ ਵੀ, 4 × 1 = 4 ਐਂਡ 4 × 2 = 8, ਠੀਕ ਹੈ। 4 × 1 = 4, 4 × 2 = 2, 2 ਦੀ ਘਾਤ ਬਰਾਬਰ ਹੈ, 2 ਦੀ ਘਾਤ 2 ਕਿੰਨਾ ਹੁੰਦਾ ਹੈ, 4, ਜੋ ਇਸਦਾ ਸਹੀ। ਇਸ ਲਈ ਇਸ 9th ਕੁਸ਼ਚਨ ਦਾ ਜੋ ਸਹੀ ਆਂਸਰ ਹੈ, 9th ਕੁਸ਼ਚਨ ਦਾ ਜੋ ਸਹੀ ਆਂਸਰ ਹੈ ਉਹ ਕੀ ਹੈ, ਆਪਸ਼ਨ 1, 4 ਇਸਦਾ ਸਹੀ ਆਂਸਰ ਹੈ। ਆਸ ਕਰਦੇ ਹਾਂ ਵਿਦਿਆਰਥੀਓ ਇਹ ਕੁਸ਼ਚਨ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਨੈਕਸਟ ਅੱਜ ਦੀ ਹੀ ਵੀਡੀਓ ਦੇ ਅੰਦਰ ਅਸੀਂ ਦੇਖਦੇ ਹਾਂ ਸਾਡਾ 10ਵਾਂ ਕੁਸ਼ਚਨ। 10ਵਾਂ ਕੁਸ਼ਚਨ ਕੀ ਹੈ, ਜੇਕਰ 2 ਦੀ ਘਾਤ x-6 ਮਲਟੀਪਲਾਈ ਬਾਏ 5 ਦੀ ਘਾਤ x-5 ਹੋਵੇ ਬਰਾਬਰ 500 ਦੇ, 500 ਦੇ, ਤਾਂ x ਦਾ ਮੁੱਲ ਕੀ ਹੈ ਅਸੀਂ ਪਤਾ ਕਰਨਾ ਹੈ। ਇਹ ਵੀ ਦੇਖਦੇ ਹਾਂ ਕਿਸ ਤਰ੍ਹਾਂ ਹੋ। ਇਹ ਕੁਸ਼ਚਨ ਬੱਚੋ ਤੁਸੀਂ ਸਮਝ ਗਏ ਹੋਵੋਗੇ। ਹੁਣ ਅਸੀਂ ਕੁਸ਼ਚਨ ਦੇਖਦੇ ਹਾਂ 10ਵਾਂ, ਦੇਖਦੇ ਹਾਂ ਪਿਆਰੇ ਵਿਦਿਆਰਥੀਓ ਇਸਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ। ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ, 500 ਦੇ ਅਭਾਜ ਗੁਣਖੰਡ ਬਣਾ ਲੈਣੇ ਹਨ। 500 ਦੇ ਅਭਾਜ ਗੁਣਖੰਡ
ਬਣਾ ਲੈਂਦੇ ਹਨ ਰਾਈਟ ਹੈਂਡ ਸਾਈਡ 'ਤੇ। ਪਿਆਰੇ ਵਿਦਿਆਰਥੀਓ, ਜੋ 500 ਦੇ ਅਭਾਜ ਗੁਣਖੰਡ ਉਹ ਬਣਨਗੇ 2 ਮਲਟੀਪਲਾਈ ਬਾਏ 2 ਮਲਟੀਪਲਾਈ ਬਾਏ 5 ਮਲਟੀਪਲਾਈ ਬਾਏ 5 ਮਲਟੀਪਲਾਈ ਬਾਏ 5। ਦੇਖੋ 2 ਜਾਂ 4, 4 5 ਜਾਂ 20, 25 ਜਾਂ 100, 100 5 ਜਾਂ 500। ਠੀਕ ਹੈ ਜੀ। ਹੁਣ ਦੇਖੋ ਅੱਗੇ ਕੀ ਕਰਨਾ ਹੈ, ਜੋ ਸਾਡਾ ਲੈਫਟ ਹੈਂਡ ਸਾਈਡ ਹੈ, ਖੱਬਾ ਹੱਥ ਹੈ, ਉਸਨੂੰ ਅਸੀਂ ਕੀ ਕਰਨਾ ਹੈ, ਸੋਰੀ 5 ਨਹੀਂ ਆਏਗਾ, ਐਕਸ ਨਹੀਂ ਆਏਗਾ, 5 ਆਏਗਾ ਇੱਥੇ। ਜੋ ਸਾਡਾ ਲੈਫਟ ਹੈਂਡ ਸਾਈਡ ਹੈ ਸਾਡੀ, ਉਸਨੂੰ ਅਸੀਂ ਨੇ ਕੀ ਕਰਨਾ ਹੈ, ਬਿਲਕੁਲ ਸੇਮ ਰੱਖਣਾ ਹੈ। ਅੱਗੇ ਦੇਖੋ 2 ਮਲਟੀਪਲਾਈ ਬਾਏ 2, ਇਸ ਨੂੰ ਆਪਾਂ ਕਿਸ ਤਰ੍ਹਾਂ ਲਿਖਦੇ ਹਾਂ, 2 ਦੀ ਪਾਵਰ 2। 5 ਮਲਟੀਪਲਾਈ ਬਾਏ 5 ਮਲਟੀਪਲਾਈ ਬਾਏ 5, ਇਸ ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ, 5 ਦੀ ਘਾਤ 3। ਠੀਕ ਹੈ ਜੀ। ਹੁਣ ਇੱਥੇ ਕੀ ਕਰਾਂਗੇ ਅਸੀਂ, ਹੁਣ ਇੱਥੇ ਅਸੀਂ ਕੀ ਕਰਨਾ ਹੈ, ਅਸੀਂ ਨੇ ਕੰਪੇਅਰ ਕਰਨਾ ਹੈ, ਤੁਲਨਾ ਕਰਨੀ ਹੈ। ਠੀਕ ਹੈ ਜੀ, ਤੁਲਨਾ ਕਰਨ 'ਤੇ। ਠੀਕ ਹੈ ਜੀ, ਤੁਲਨਾ ਕਿਸ ਤਰ੍ਹਾਂ ਕਰਨੀ ਹੈ, 2 raised to power x minus 6 ਇਜ ਇਕਲ ਟੂ 2 raised to power। ਦੇਖੋ ਆਧਾਰ ਸੇਮ ਹੈ, ਅਸੀਂ ਨੇ ਪਾਵਰਾਂ ਨੂੰ ਬਰਾਬਰ ਰੱਖ ਲੈਣਾ ਹੈ, ਐਕਸ ਮਾਈਨਸ 6 ਇਜ ਇਕਲ ਟੂ 2, ਤਾਂ ਐਕਸ ਦਾ ਇੱਥੋਂ ਮੁੱਲ ਕਿੰਨਾ ਆ ਜਾਏਗਾ, 2 plus 6, ਐਕਸ ਦਾ ਮੁੱਲ ਕਹਿੰਦਾ 2 plus 6, ਐਕਸ ਇਜ ਇਕਲ ਟੂ 8। ਠੀਕ ਹੈ ਜੀ। ਇਸੇ ਤਰ੍ਹਾਂ 5 ਐਕਸ ਐਕਸ ਮਾਈਨਸ 5 5 raised to power 3। ਠੀਕ ਹੈ ਜੀ, ਆਧਾਰ ਸੇਮ ਹੈ, ਪਾਵਰਾਂ ਨੂੰ ਕੰਪੇਅਰ ਕਰਾਂਗੇ। ਠੀਕ ਹੈ ਜੀ, 3 plus 5, ਇੱਥੋਂ ਵੀ ਐਕਸ ਦਾ ਮੁੱਲ ਕਿੰਨਾ ਹੈ, 8 ਆ ਗਿਆ ਹੈ, ਅਤੇ ਇੱਥੇ ਵੀ ਆਪਣਾ ਐਕਸ ਦਾ ਮੁੱਲ ਕਿੰਨਾ ਆ ਗਿਆ, 8। ਐਕਸ ਦਾ ਹੀ ਅਸੀਂ ਨੇ ਮੁੱਲ ਪਤਾ ਕਰਨਾ ਸੀ। ਸੋ ਇਸ ਜੋ 10th ਕੁਸ਼ਚਨ ਹੈ, ਇਸ ਦਾ ਜੋ ਸਹੀ ਆਨਸਰ ਹੈ ਉਹ ਕੀ ਹੈ ਬੱਚਿਓ, ਉਹ ਹੈ 4th ਆਪਸ਼ਨ। ਠੀਕ ਹੈ ਜੀ, ਆਸ ਕਰਦੇ ਹਾਂ ਇਹ ਦੋ ਹੀ ਕੁਸ਼ਚਨ ਤੁਸੀਂ ਸਮਝ ਗਏ ਹੋਵੋਗੇ ਅੱਜ ਦੀ ਵੀਡੀਓ 'ਚ। ਇੱਥੇ ਤੱਕ ਕੀ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵੀਡੀਓ ਦੇ ਅੰਦਰ, ਤਦ ਤੱਕ ਦੇ ਲਈ ਧੰਨਵਾਦ।